ਤੇ ਸਰ ਜੀ ਫਿਰ ਉਹ ਕੁੱਤੇ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਦੀ ਮੈਨੂੰ ਕੋਈ ਸਹੀ ਸਮਝ ਨਹੀਂ ਆਈ। ਕਾਫੀ ਸਾਰੀ ਕੁੱਤਿਆਂ ਦੀਆਂ ਗੱਲਾਂ ਕੀਤੀਆਂ ਨਾ। ਅੱਛਾ ਨਹੀਂ ਤੁਸੀਂ ਦੱਸਿਆ ਹੈ ਕਿ ਮਤਲਬ 5-7-10 ਕੁੱਤੇ ਹੋਣ ਤੇ ਪਤਾ ਲੱਗ ਜਾਂਦਾ ਕਿਹੜਾ ਕੁੱਤਾ ਕੀ ਹੈ। ਨਹੀਂ ਦੇਖੋ ਮੈਂ ਇਹ ਗੱਲ ਕਰ ਰਿਹਾ ਕਿ ਜਿਸ ਵੇਲੇ ਤੁਸੀਂ ਪਿੰਡ 'ਚ ਰਹਿੰਦੇ ਹੋ, ਅੱਛਾ ਜੀ, ਉਸ ਵੇਲੇ ਸਾਰੀਆਂ ਮੈਂ ਤੁਹਾਨੂੰ ਇੱਕ ਵਾਕਿਆ ਸੁਣਾ ਦਾਂਗੇ। ਅੱਛਾ ਨਹੀਂ ਪਹਿਲੇ ਕੁੱਤੇ ਵਾਲੀ ਗੱਲ, ਕੁੱਤੇ ਦਾ ਵਾਕਿਆ ਸੁਣਾ ਦਾਂ, ਕੁੱਤੇ ਦਾ ਹੀ ਵਾਕਿਆ ਸੁਣਾ ਰਿਹਾ। ਅੱਛਾ ਠੀਕ ਹੈ ਜੀ। ਮੈਂ ਪੰਜਾਬ ਵਿੱਚ ਇੱਕ ਪਿੰਡ 'ਚ ਜਾ ਰਿਹਾ ਸੀ ਪੈਦਲ, ਠੀਕ ਹੈ ਜੀ, ਅਤੇ ਰਾਤ ਦਾ ਟਾਈਮ ਸੀ ਤਾਂ ਉਹ ਡੇਰਿਆਂ ਸ਼ੇਰਿਆਂ 'ਤੇ ਕੁੱਤੇ ਹੁੰਦੇ ਕਾਫੀ ਸਾਰੇ, ਤੂੰ ਬਾਰ ਬਾਰ ਇੱਧਰੋਂ ਉਤਾਰਿਆ ਕਿੱਧਰੋਂ ਤੰਗ ਹੋ ਰਿਹਾ, ਤੂੰ ਮੈਂ ਵੈਸੇ ਮਾਚਿਸ ਫੜੀ ਹੱਥੀ ਅਤੇ ਮੈਂ ਇਸ ਤਰ੍ਹਾਂ ਰੱਖ ਕੇ ਨਾ ਤੀਲੀ ਨੂੰ ਇੰਜ ਮਾਰਿਆ ਨਾ, ਕੁੱਤਾ ਬਹੁਤ ਬੁਰੀ ਤਰ੍ਹਾਂ ਉਹ ਨਸਿਆ। ਮੈਨੂੰ ਮੈਂ ਅਗਲਾ ਕੁੱਤਾ ਮਾਰਿਆ, ਉਹ ਮੈਨੂੰ ਪਤਾ ਲੱਗੀ ਟੈਕਨੀਕ ਕਿ ਅੱਛਾ ਕਿਤਨਾ ਵੀ ਸ਼ਰਾਰਤੀ ਕੁੱਤਾ ਹੋਇਆ ਉਹਨੂੰ ਐਂ ਰੱਖ ਕੇ ਮਾਰੋ ਨਾ, ਸ਼ਰਾਰਤੀ ਕੁੱਤੇ ਨੂੰ ਮਾਚਿਸ ਨਾ ਡਰਾਓ, ਉਹ ਇੰਜ ਮਾਰੋ ਤਾਂ ਉਹ ਬਹੁਤ ਬੁਰੀ ਤਰ੍ਹਾਂ ਨਸਦਾ। ਉਸ ਤੋਂ ਬਾਅਦ ਹੈ ਸ਼ੁਗਲ ਹੀ ਲਾਈ ਰੱਖਿਆ ਜਿੱਥੇ ਕੁੱਤਾ ਮਿਲਿਆ। ਜਿਹੜਾ ਕਹਿੰਦੇ ਨੇ ਜੀ ਕੁੱਤਾ ਪਵੇ ਤੇ ਬਹਿ ਜਾਓ, ਇਹ ਕੀ ਵਜ੍ਹਾ ਹੈ ਜੀ? ਅਸੀਂ ਸਾਡੇ ਪਾਸੇ ਨਹੀਂ ਕਹਿੰਦੇ। ਅੱਛਾ ਤੁਹਾਡੇ ਸਾਡੇ ਪਾਸੇ ਨਹੀਂ ਕਹਿੰਦੇ, ਸਾਡੇ ਪਾਸੇ ਕੁੱਤਾ ਪਵੇ ਤੇ ਕੁੱਤੇ ਨੂੰ ਬਹਿ ਜਾਓ, ਕੁੱਤੇ ਕੁੱਤੀ ਕਰ ਦਿਓ। ਅੱਛਾ ਮੈਂ 5-7 ਕੁੱਤੇ ਆ ਰਹੇ ਨੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿਹੜਾ ਕੁੱਤਾ ਗ੍ਰੈਜੂਏਟ ਹੈ ਕਿਹੜਾ ਕੁੱਤਾ ਕੀ ਹੈ। ਸਰ ਜਿਸ ਤਰ੍ਹਾਂ ਨਹੀਂ ਨਹੀਂ ਮੈਂ ਕਿਸੇ ਵੀ ਨਹੀਂ ਚਾਹੁੰਦਾ, ਮੈਂ ਕਿਸੇ ਵੀ ਕੁੱਤੇ ਦੀ ਤੋਹੀਨ ਨਹੀਂ ਕਰਨਾ ਚਾਹੁੰਦਾ, ਮੈਂ ਕਿਸੇ ਕੁੱਤੇ ਦੀ ਤੋਹੀਨ ਨਹੀਂ ਕਰਨਾ ਚਾਹੁੰਦਾ। ਚਲੋ ਚਲੋ ਮਸਾਂ ਅਗਰ ਬੰਦਾ ਕਹਿੰਦਾ ਜੀ 4-5 ਕੁੱਤੇ ਸਾਹਿਬ ਆ ਰਹੇ ਨੇ, ਨਾਲ ਨਾਲ ਸਾਹਿਬ ਲਾ ਦਿੰਦੇ ਹਾਂ ਅਸੀਂ। ਹਾਂ ਠੀਕ ਹੈ। ਅੱਛਾ ਅੱਛਾ ਮਸਾਂ ਕੁੱਤਾ ਸਾਹਿਬ ਆ ਰਿਹਾ ਤੇ ਜਾਂ ਕੁੱਤੀ ਸਾਹਿਬ ਆ ਰਹੀ ਹੈ ਤੇ ਕਿਹਨੂੰ ਪਤਾ ਚੱਲੇਗਾ? ਤੁਹਾਨੂੰ ਮੈਂ ਇੱਕ ਹੋਰ ਦੱਸ ਰਿਹਾ ਕਿ ਉਹ ਇੱਕ ਸਾਡਾ ਕਿਧਰੇ ਪਛਾਣ ਨਾ ਲਵਣ ਇਸ ਗੱਲ ਨੂੰ ਕੋਈ ਦੋਸਤ, ਇਸ ਵਾਸਤੇ ਇੱਕ ਦੋਸਤ ਜਾ ਰਿਹਾ ਸੀ ਕੋਈ ਕੁੱਤੇ ਦੇ ਨਾਲ ਨਾ, ਇਸ ਤਰ੍ਹਾਂ ਕੁੱਤਾ ਫੜਿਆ ਹੋਇਆ। ਅੱਛਾ ਤਾਂ ਰੰਗ ਥੋੜ੍ਹਾ ਆਪਣਾ ਉਹਦਾ ਬੜਾ ਸੁਰਖ ਸੁਰਖ ਸੀ, ਅਗਲੇ ਦੋਸਤ ਨੇ ਅਗਲੇ ਕੁੱਤੇ ਦਾ ਨਹੀਂ ਉਸ ਬੰਦੇ ਦਾ, ਤਾਂ ਅਗਲਾ ਜਿਹੜਾ ਦੋਸਤ ਉਹਦਾ ਆ ਰਿਹਾ ਸੀ ਤੇ ਵਾਕ ਕਰਦਾ ਉਹਨੂੰ ਪੁੱਛਦਾ ਕਿ ਉਹ ਕਿੱਧਰ ਬਾਂਦਰ ਨਾਲ ਜਾ ਰਿਹਾ, ਤੇ ਉਹ ਕਹਿੰਦਾ ਨਜ਼ਰ ਨਹੀਂ ਆ ਰਿਹਾ ਬਾਂਦਰ ਨਹੀਂ ਕੁੱਤਾ ਹੋਇਆ, ਕਹਿੰਦਾ ਮੈਂ ਇਹਦੇ ਕੋਲ ਪੁੱਛ ਰਿਹਾ ਤੇਰੇ ਕੋਲ ਨਹੀਂ ਪੁੱਛ ਰਿਹਾ।